ਕਰੀਏ ਲਗੇ ਜ਼ਰ ਪਹਿਚਾਨ ਤਾਂ ਹੋਵੇ ਉਹ ਬੰਦਾ ਮਰਦਾ ਹੀ ਸੋਹਣਾ ਤਾਂ ਲੱਗਦੇ ਆ ਮੁੰਬਈ ਇਨਸਾਨ ਤਾਂ ਹੋਵੇ ਕੋਈ ਇਨਸਾਨ ਤਾਂ ਹੋਵੇ ਆਪ ਲੋਕ ਕੀ ਕਲੈਪ ਨਹੀਂ ਚਾਹੀਏ ਇਸ ਤਰ੍ਹਾਂ ਉਹ ਤਾਂ ਕਲੈਪ ਦੀ ਜਗ੍ਹਾ ਜ਼ਰਾ ਸਦਾਈ ਹੈ ਆਪ ਲੋਕੋ ਕੀ ਮੁਹੱਬਤ ਹੈ ਜੋ ਸਵੇਟ ਕੇ ਜਾਨੀ ਹੈ ਨੇ ਸ਼ਫਾਨੇ ਆਜ ਔਰ ਵੈਸੇ ਤਾਈ ਸਾਹਿਬ ਆਪਕੇ ਨਾਮ ਇੱਕ ਚਾਹੇ ਕੋਈ ਵੀ ਸਮਝ ਲੇ ਹਾਂ ਹਾਂ ਕਿ ਤੁਹਾਨੂੰ ਕੋਈ ਬੰਦਾ ਨਾ ਪੁੱਛਣ ਵਾਲਾ ਹੈ ਕੋਈ ਨਾ ਓਏ ਹੋਏ ਤੁਹਾਨੂੰ ਕੋਈ ਬੰਦਾ ਤੇ ਪੁੱਛਣ ਵਾਲਾ ਹੈ ਕੋਈ ਨਾ ਉਹ ਤੁਸੀਂ ਕਿਵੇਂ ਦੇ ਮਦਦ ਕਰਦੇ ਹੋ ਤੇ ਕਿਹੜੀ ਲੋੜ ਹੈ ਕਲਫ ਲਵਾਉਣ ਦੀ ਕਿ ਉਹ ਸੋ ਪੰਜਾ ਰੋਜ਼ ਭਰਦੇ ਹੋ ਤੇ ਤੁਹਾਡਾ ਮਕਸਦ ਰੇਸ਼ਮ ਸਮਝ ਲਈਏ ਤੁਸੀਂ ਛੋਰੀਆਂ ਸਿਰਫ ਤਲੇਂਦੇ ਹੋ ਉਹ ਘਰ ਜਿੰਨੀ ਸੋਹਣੀ ਬੀਵੀ ਹੋਵੇ ਮੂੰਹ ਬਾਹਰ ਜ਼ਰੂਰ ਭਰਦੇ ਹੋ ਓਏ ਇਲਜ਼ਾਮ ਨਾ ਲਾ ਇਹਨੇ ਇਲਜ਼ਾਮ ਨਾ ਲਾ ਰੇਸ਼ਮ ਆ ਜੀ ਕਹਿੰਦੇ ਕਿ ਮੈਂ ਰੇਸ਼ਮ ਹਾਂ ਤੇ ਰੇਸ਼ਮ ਰਾਸਾਂ ਮੈਂ ਰੇਸ਼ਮ ਹਾਂ ਤੇ ਰੇਸ਼ਮ ਰਾਸਾਂ ਮੈਂ ਕੋਈ ਲੜਕੀ ਆਮ ਨਾ ਸਮਝੀ ਤੇ ਕੁਝ ਲੋਕ ਜਨਾਬ ਤੇ ਨੌਕਰ ਹਸਨ ਸਾਰਾ ਮੁਲਕ ਗੁਲਾਮ ਨਾ ਸਮਝੀ ਤੇ ਮੈਂ ਤਾਂ ਪੁੱਛ ਕੇ ਅੱਜ ਕੱਲ ਨਹੀਂ ਲਾਂਦੇ ਮੈਂ ਥੱਪ ਹਾਂ ਸ਼ਾਮ ਨਾ ਸਮਝੀ ਔਰ ਜਿਹੜਾ ਚਾਵੇ ਹੋਂਡਾ ਨਾਲ ਚਲਾਵੇ ਇਹਦਾ ਸਸਤਾ ਜਾਮ ਨਾ ਸਮਝੀ ਵਾਹ 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 ਇਹਦਾ ਸਸਤਾ ਜਾਮ ਨਾ ਸਮਝੀ ਜੀ ਉਹ ਕਹਿੰਦੇ ਨੇ ਕਿ ਕਿਉਂ ਫਿਰਦੇ ਹੋ ਬੁਲੀਆਂ ਨੂੰ ਲਾਲ ਕਰਕੇ ਵਾਹ ਕਿਉਂ ਫਿਰਦੇ ਹੋ ਬੁਲੀਆਂ ਨੂੰ ਲਾਲ ਬੁਲੀਆਂ ਨੂੰ ਲਾਲ ਕਰਕੇ ਤੇ ਜੀਣਾ ਸਾਡਾ ਮੁਹਾਲ ਕਰਕੇ ਇਹ ਰੇਸ਼ਮ ਪਹਿਲੇ ਵੀ ਜੱਗ ਲੁਟੇਰੀ ਏ ਪਰ ਤੁਸਾਂ ਲੁਟਿਆ ਸਾਨੂੰ ਕਮਾਲ ਕਰਕੇ ਕਮਾਲ ਕਰਕੇ ਬੇਵਜ਼ਨੇ ਹੈ ਤੇਰੀ ਮਰਜ਼ੀ ਹੈ ਬੇਵਜ਼ਨੇ ਹੈ ਤੇਰੀ ਮਰਜ਼ੀ ਹੈ ਪਾ ਵਿੱਚ ਪਾ ਭਾਵੇਂ ਸ਼ੇਰ ਵਿੱਚ ਪਾ ਪਾ ਚਾਂਦੀ ਚਿੱਟੀ ਜਾਂਗਣੀ ਵਿੱਚ ਜਾਂ ਰਾਤ ਦੇ ਸਖਤ ਅੰਧੇਰੇ ਚ ਪਾ ਪਾ ਦੁਸ਼ਮਣ ਦੀ ਕਈ ਫੌਤਗੀ ਤੇ ਜਾਂ ਝੂਮਰ ਦੇ ਕਈ ਫੇਰੇ ਚ ਪਾ ਰਾਹ ਰੁੱਤੇ ਸ਼ਾਕਰ ਕੰਗਣ ਹੈ ਬਾਵੇ ਹੱਥ ਚ ਪਾ ਬਾਵੇ ਫੇਰੇ ਚ ਪਾ ਖਾਲੀ ਗਾਲੀ ਨਾ ਸੁਣਾਓ ਕਿ ਮੈਨੂੰ ਗਲੀ ਵਿੱਚ ਆਂਦਾ ਵੇਖ ਕੇ ਉਹ ਬੜੇ ਪੁੱਠੇ ਸਿੱਧੇ ਵਾਲ ਕਰੇਦਾ ਮੈਨੂੰ ਗਲੀ ਵਿੱਚ ਆਂਦਾ ਵੇਖ ਕੇ ਉਹ ਬੜੇ ਪੁੱਠੇ ਸਿੱਧੇ ਵਾਲ ਕਰੇਂਦਾ ਏ ਤੇ ਬੜਾ ਸ਼ੋਖਾ ਹੋ ਕੇ ਫੋਨ ਉਤੇ ਬੜੀ ਲੰਬੀ ਲੰਬੀ ਕਾਲ ਕਰੇਂਦਾ ਏ ਵਾਹ ਤੇ ਨਾ ਲਿਖ ਰਿਸ਼ਮ ਉਹ ਬਾਵਾਂ ਤੇ ਬੁਰਾ ਆਪਣਾ ਹਾਲ ਕਰੇਂਦਾ ਏ ਅਛੜਾ ਬਰਗਰ ਲੈ ਕੇ ਦੇ ਨਹੀਂ ਸਕਦਾ ਰੈਡ ਬਾਲ ਦੀ ਗਾਲ ਕਰੇਂਦਾ ਏ ਹਾਏ ਹਾਏ ਮੈਕਡੋਨਲਡ ਦੀ ਗਾਲ ਕਰਦਾ ਵਾਹ 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 ਗੁੱਡ ਤੇ ਦੀਦ ਸਜਣ ਦੀ ਯਾਰੀ ਤੂੰ ਹੀ ਮੈਂ ਸੋਚ ਰਾਵੇ ਤਾਂ ਠੀਕ ਏ ਤੇ ਦੀਦ ਕਦੇ ਵੀ ਦੁੱਖ ਸੁੱਖ ਵਿੱਚ ਨਾ ਥੀਸੀ ਅਮੂਲ ਸ਼ਰੀਕੇ ਜਿਨੋਂ ਵਾਦਾ ਮਿਲਣ ਦਾ ਫਲ ਚੁੱਕ ਤੇ ਨਿਤ ਦੇਸੀ ਆ ਗਲਤ ਤਰੀਕੇ ਤੇ ਕੁੱਤਾ ਪਾਲ ਕੇ ਸ਼ਾਕਰ ਕੀ ਹੈ ਬਿਲਾ ਤੋ ਬੇਦੀਦ ਕਰੋ ਦਾ ਠੀਕ ਹੈ ਵਾਹ ਔਰਤ ਨੂੰ ਸ਼ਿਕਵਾ ਨਹੀਂ ਕਰਨੇ ਚਾਹੀਦੇ ਕਿ ਔਰਤ ਦਾ ਸ਼ਿਕਵਾ ਭਾਜ ਕੇ ਕੀ ਗਈ ਔਰਤ ਦਾ ਸ਼ਿਕਵਾ ਭਾਜ ਕੇ ਕੀ ਗਈ ਉਹ ਕਿਹੜੇ ਮਰਦ ਵਫਾ ਦੇ ਥੰਬੋ ਔਖੇ ਵੇਲੇ ਵਿੱਚ ਇਮਦਾਦ ਪੁਜਾ ਹੱਥੋਂ ਹੋਰ ਵਧੇ ਦੇ ਕੰਮ ਹੋ ਤੇਰੇ ਤਾਂ ਕਪੜਾ ਵੇਖ ਕੇ ਫੱਟਦੇ ਹੋ ਕਿਹੜੀ ਸੋਚ ਰੱਖੀ ਦੇ ਕੰਮ ਹੋ ਉਹ ਉਹਨਾਂ ਔਰਤਾਂ ਦੇ ਤੁਸਾਂ ਨੌਕਰ ਹੋ ਚਿੱਟਾ ਵੇ ਤੇ ਜਿਨ੍ਹਾਂ ਦਾ ਚੰਮ ਹੋ ਹਾਏ ਹਾਏ ਜੀਓ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਅੱਛਾ ਜ਼ਬਰਦਸਤ ਔਰ ਕੋਈ ਐਸਾ ਸਰਾਕੀ ਆਵੇ ਉਰਦੂ ਮੈਂ ਕਿ ਕਭੀ ਤੋ ਮਿਲ ਪਹਿਲੀ ਮੁਲਾਕਾਤ ਕੀ ਤਰ੍ਹਾਂ ਕਭੀ ਤੋ ਮਿਲ ਪਹਿਲੀ ਮੁਲਾਕਾਤ ਕੀ ਤਰ੍ਹਾਂ ਤੋ ਕਿਉਂ ਬਦਲਾ ਰਹਤਾ ਹੈ ਹਾਲਾਤ ਕੀ ਤਰ੍ਹਾਂ ਔਰ ਵੋ ਸ਼ਖਸ ਜੋ ਮੁਝੇ ਜਾਨ ਸੇ ਵੀ ਹੈ ਪਿਆਰਾ ਔਰ ਵੋ ਸ਼ਖਸ ਜੋ ਮੁਝੇ ਜਾਨ ਸੇ ਵੀ ਹੈ ਪਿਆਰਾ ਵਕਤ ਤੋ ਦੇਤਾ ਹੈ ਮਗਰ ਖੈਰਾਤ ਕੀ ਤਰ੍ਹਾਂ ਤੇ ਮੈਂ ਖੂਨ ਜਿਗਰ ਦਾ ਦੇ ਦੇ ਕੇ ਇੱਕ ਨਾਗ ਦਵਾਨ ਜਵਾਨ ਕਿਤੇ ਉਹਨੂੰ ਰੱਖੇ ਦਿਲ ਦੀ ਸੁਗੜੀ ਤੇ
ਉਹਦੇ ਖੇਡਣ ਦਾ ਸਾਮਾਨ ਕੀਤਾ, ਉਹਨੂੰ ਖੀਰ ਪਿਲਾ ਕੇ ਬੁੱਕਾਂ ਵਿੱਚ ਇਹਨਾਂ ਜੱਗ ਸਾਰਾ ਹੈਰਾਨ ਕੀਤਾ। ਜਗ੍ਹਾ ਡੰਗ ਵੱਜਿਆ ਪਿੱਛੇ ਹੋਸ਼ ਆਇਆ ਤੈ ਸ਼ਾਕਰ ਗਾਉਂ ਨੁਕਸਾਨ ਕੀਤਾ। ਇਹ ਤਾਂ ਝੂਠ ਹੈ ਨਾ, ਕਿਸੇ ਕਾਲੇ ਇਲਮ ਦੇ ਮਾਹਿਰ ਤੋਂ ਤਾਵੀਜ਼ ਕਰਾਉਣਾ ਪੋਸੀ, ਕਿਸੇ ਕਾਲੇ ਇਲਮ ਦੇ ਮਾਹਿਰ ਤੋਂ ਤਾਵੀਜ਼ ਕਰਾਉਣਾ ਪੋਸੀ, ਜਾਂ ਕਾਲਾ ਬਕਰਾ ਸਦਕੇ ਤੇ ਸਭ ਢੋਲ ਚੜ੍ਹਾਉਣਾ ਪੋਸੀ। ਤੇ ਮੇਰਾ ਚੈਲੰਜ ਹੈ ਤੂੰ ਦੇਖ ਕੀ ਨਹੀਂ, ਮੇਰਾ ਚੈਲੰਜ ਹੈ ਤੂੰ ਦੇਖ ਕੀ ਨਹੀਂ ਤੇ ਕੁਛ ਇੱਕ ਨਹੀਂ ਆਉਣਾ ਪੋਸੀ। ਵਾਹ ਵਾਹ ਵਾਹ, ਬਹੁਤ ਅੱਛੀ ਸ਼ਾਇਰੀ। ਔਰ ਇਸਕੇ ਸਾਥ ਹੀ ਕਿਉਂਕਿ ਵਕਤ ਹਮਾਰਾ ਬਹੁਤ ਸ਼ਾਰਟ ਹੈ, ਆਪਕੋ ਹਾਸਨਾ ਇੱਕ ਘੰਟੇ ਤੱਕ ਆਪਕੋ ਕਹੂੰ ਤਾਂ ਆਪ ਮਾਸ਼ਾਅੱਲਾ ਉਹ ਸਭ ਆਪਕਾ ਇਹ ਮੁਸ਼ਾਇਰਾ ਖਤਮ ਨਹੀਂ ਹੋਗਾ, ਕਿਉਂਕਿ ਵਕਤ ਕੀ ਦਾਮਨ ਮੇਂ ਬਹੁਤ ਕਮੀ ਹੈ ਹਮਾਰੇ ਪਾਸ। ਤੋ ਇਸ ਵਜ੍ਹਾ ਸੇ ਹਮ ਇਹ ਚਾਹਤੇ ਹੈ ਕਿ